ਅਮਨਜੀਤ ਸਿੰਘ ਰੋਮੀ ਨੂੰ ਪੁਲਿਸ ਦਿੱਲੀ ਲੈ ਕੇ ਪਹੁੰਚੀ ਹੈ। ਪੰਜਾਬ ਪੁਲਿਸ ਪੂਰੀ ਟੀਮ ਹੈ ਪੰਜਾਬ ਪੁਲਿਸ ਦੀ, ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ AGTF ਦੇ। ਔਰ 4 ਦਿਨਾਂ ਤੋਂ ਹਾਂਗਕਾਂਗ ਦੇ ਵਿੱਚ ਇਹ ਟੀਮ ਰੁਕੀ ਹੋਈ ਸੀ ਸਵਾਲਗੀ ਦੇ ਲਈ, ਔਰ 4 ਦਿਨਾਂ ਬਾਅਦ ਪ੍ਰੋਸੈਸ ਪੂਰੀ ਕਰਕੇ ਹੁਣ ਦਿੱਲੀ ਏਅਰਪੋਰਟ ਇਹ ਟੀਮ ਲੈ ਕੇ ਪਹੁੰਚੀ ਹੈ। ਔਰ ਇਹ ਐਕਸਕਲੂਸਿਵ ਵੀਡੀਓ ਜਿਸ ਵੇਲੇ ਇਹ ਟੀਮ ਪਹੁੰਚੀ ਸੀ, ਜਿਹੜੇ SP ਨੇ ਹਰਵਿੰਦਰ ਸਿੰਘ ਵਿਰਕ, AIG ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਇਹ ਟੀਮ ਗਈ ਸੀ, ਨਾਲ DSP ਵਿਕਰਮ ਬਰਾੜ ਨੇ, ਜਿਹੜੇ ਦੋਨੋਂ ਅੱਗੇ ਅੱਗੇ ਚੱਲ ਰਹੇ ਨੇ ਅਫਸਰ, ਉਹਨਾਂ 'ਚ SP ਹਰਵਿੰਦਰ ਸਿੰਘ ਵਿਰਕ ਅਤੇ DSP ਵਿਕਰਮਜੀਤ ਸਿੰਘ ਬਰਾੜ। ਉਸ ਤੋਂ ਇਲਾਵਾ ਜਿਹੜੇ ਹੋਰ ਨਾਲ ਇੱਕ DSP ਦਵਿੰਦਰ ਕੁਮਾਰ DSP ਨੇ, ਇੱਕ ਇੰਸਪੈਕਟਰ ਨੇ ਹੈਰੀ ਬੋਪਾ ਰਾਏ, ਜਿਹੜੇ ਸਪੈਸ਼ਲ ਸੈੱਲ ਰਾਜਪੁਰਾ ਦੇ ਇੰਚਾਰਜ ਨੇ। ਉਸ ਤੋਂ ਇਲਾਵਾ ਇੰਸਪੈਕਟਰ ਰੋਨੀ ਸਿੰਘ ਨੇ, ਜਿਹੜੇ SHO ਕੋਤਵਾਲੀ ਨਾਭਾ ਦੇ ਨੇ, ਔਰ ਸਬ ਇੰਸਪੈਕਟਰ ਜਸਪ੍ਰੀਤ ਸਿੰਘ ਨੇ AGTF ਤੋਂ। ਇਹ ਪੂਰੀ ਟੀਮ ਹੈ, 4 ਦਿਨਾਂ ਤੱਕ ਇਹ ਟੀਮ ਜਿਹੜੀ ਹੈ ਇਹ ਹਾਂਗਕਾਂਗ ਦੇ ਵਿੱਚ ਰੁਕੀ, ਔਰ ਉਸ ਤੋਂ ਬਾਅਦ ਏਅਰ ਇੰਡੀਆ ਦੀ ਫਲਾਈਟ 'ਤੇ ਰੋਮੀ ਨੂੰ ਲੈ ਕੇ ਆਉਂਦਾ ਗਿਆ। ਪਹਿਲਾਂ ਇੱਕ ਤਸਵੀਰ ਦਿਖਾਈ ਸੀ ਅਸੀਂ ਫਲਾਈਟ ਦੇ ਅੰਦਰ ਦੀ, ਹੁਣ ਇਹ ਐਕਸਕਲੂਸਿਵ ਵੀਡੀਓ ਦਿਖਾ ਰਹੇ ਹਾਂ ਜਿਸ ਵੇਲੇ ਫਲਾਈਟ 'ਚੋਂ ਲੈ ਕੇ ਪੰਜਾਬ ਪੁਲਿਸ ਦੀ ਟੀਮ ਰੋਮੀ ਨੂੰ ਬਾਹਰ ਲੈ ਕੇ ਆਈ। ਏਅਰਪੋਰਟ 'ਤੇ ਕੁਝ ਫਾਰਮੈਲਿਟੀਜ਼ ਹੁੰਦੀਆਂ ਨੇ ਜਦੋਂ ਤੁਸੀਂ ਕਿਸੇ ਦੂਸਰੇ ਦੇਸ਼ ਦੇ ਬਸ਼ਿੰਦੇ ਨੂੰ, ਕਿਉਂਕਿ ਰੋਮੀ ਹਾਂਗਕਾਂਗ ਦਾ ਸਿਟੀਜ਼ਨ ਹੈ, ਔਰ ਉੱਥੋਂ ਪੰਜਾਬ ਪੁਲਿਸ ਆਪਣੇ ਜਿਹੜੇ ਸਬੂਤ ਲੈ ਕੇ, ਉਹ ਇੰਨੇ ਸਾਲ ਉੱਥੇ ਕੋਰਟ ਦੇ ਵਿੱਚ ਕੇਸ ਲੜਿਆ, ਤਾਂ ਉੱਥੇ ਇਹ ਪ੍ਰੂਵ ਕਰਨ ਤੋਂ ਬਾਅਦ ਕਿ ਰੋਮੀ ਉਹਨਾਂ ਦਾ ਮੁਜਰਮ ਹੈ, ਉਹਨਾਂ ਦੇ ਦੇਸ਼ ਦੇ ਵਿੱਚ ਕ੍ਰਾਈਮ ਕੀਤਾ ਉਸਨੇ, ਤਾਂ ਉਸ ਤੋਂ ਬਾਅਦ ਉਹ ਹਵਾਲਗੀ ਉਸਦੀ ਜਿਹੜੀ ਆ ਉਹ ਸੰਭਵ ਹੋ ਪਾਈ, ਔਰ ਫਿਰ AGTF ਦੇ ਜਿਹੜੇ ਅਧਿਕਾਰੀ ਨੇ, ਪੰਜਾਬ ਪੁਲਿਸ ਦੀ ਟੀਮਾਂ ਨੇ, ਉਹ ਲੈ ਕੇ ਰੋਮੀ ਨੂੰ ਏਅਰਪੋਰਟ 'ਤੇ ਪਹੁੰਚੀਆਂ ਨੇ। ਇਹ ਐਕਸਕਲੂਸਿਵ ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਏਅਰਪੋਰਟ 'ਤੇ ਇਸ ਵੇਲੇ ਜੋ ਫਾਰਮੈਲਿਟੀ ਹੁੰਦੀ ਹੈ ਉਹ ਕੀਤੀ ਜਾ ਰਹੀ ਹੈ, ਥੋੜ੍ਹੀ ਦੇਰ ਦੇ ਵਿੱਚ ਜਿਹੜੇ ਅਧਿਕਾਰੀ ਨੇ ਉਹ ਰੋਮੀ ਨੂੰ ਲੈ ਕੇ ਬਾਹਰ ਆਉਣਗੇ, ਔਰ ਉਹ ਤਸਵੀਰਾਂ ਵੀ ਅਸੀਂ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ। ਸੋ ਪੂਰੀ ਟੀਮ, ਉਹਨਾਂ ਦੇ ਅਸੀਂ ਨਾਮ ਵੀ ਦੱਸ ਰਹੇ ਹਾਂ, ਜਿਹੜੀ ਟੀਮ ਨਜ਼ਰ ਆ ਰਹੀ ਹੈ ਵਿਚਕਾਰ ਰੋਮੀ ਹੈ, ਸਭ ਤੋਂ ਅੱਗੇ ਜਿਹੜੇ ਇੰਸਪੈਕਟਰ ਨੇ, ਜਿਹੜੇ SP ਨੇ ਹਰਵਿੰਦਰ ਸਿੰਘ ਵਿਰਕ, ਔਰ ਉਸ ਤੋਂ ਇਲਾਵਾ ਵਿਕਰਮਜੀਤ ਸਿੰਘ ਬਰਾੜ DSP, ਜਿਹੜੇ ਇਸ ਵੇਲੇ ਰਾਜਪੁਰਾ DSP ਨੇ, ਔਰ ਨਾਲ AGTF ਦਾ ਵੀ ਉਹ ਜ਼ਿੰਮਾ ਸੰਭਾਲ ਰਹੇ ਨੇ। ਦਵਿੰਦਰ ਕੁਮਾਰ ਨੇ DSP, ਇੰਸਪੈਕਟਰ ਹੈਰੀ ਬੋਪਾ ਰਾਏ ਨੇ ਜਿਹੜੇ ਇੰਚਾਰਜ ਨੇ ਸਪੈਸ਼ਲ ਸੈੱਲ ਰਾਜਪੁਰਾ ਦੇ, ਇੰਸਪੈਕਟਰ ਰੋਨੀ ਸਿੰਘ ਨੇ ਜਿਹੜੇ SHO ਕੋਤਵਾਲੀ ਨਾਭਾ ਨੇ, ਔਰ ਸਬ ਇੰਸਪੈਕਟਰ ਜਸਪ੍ਰੀਤ ਸਿੰਘ ਨੇ AGTF ਤੋਂ। ਸੋ 4 ਦਿਨ ਦਾ ਸਟੇ ਇਸ ਟੀਮ ਦਾ ਰਿਹਾ। ਇਹ ਸਾਰੇ ਅਧਿਕਾਰੀ ਨੇ ਜਿਨ੍ਹਾਂ ਨੇ ਇਹ ਹਵਾਲਗੀ ਜਿਹੜੀ ਹੈ ਉਹ ਸੰਭਵ ਕਰਾਈ ਹੈ। ਏਅਰਪੋਰਟ ਦੀਆਂ ਤਸਵੀਰਾਂ ਨੇ, ਐਕਸਕਲੂਸਿਵ ਵੀਡੀਓ ਅਸੀਂ ਦਿਖਾ ਰਹੇ ਹਾਂ। ਦਿੱਲੀ ਏਅਰਪੋਰਟ 'ਤੇ ਟੀਮ ਲੈ ਕੇ ਪਹੁੰਚੀ ਸੀ, ਔਰ ਕੁਛ ਹੀ ਦੇਰ ਦੇ ਵਿੱਚ ਇਹ ਟੀਮ ਰੋਮੀ ਨੂੰ ਲੈ ਕੇ ਪੰਜਾਬ ਲਈ ਰਵਾਨਾ ਹੋਏਗੀ। ਸੋ 2018 ਤੋਂ ਰੋਮੀ ਉੱਥੇ ਇੱਕ ਬਹੁ ਕਰੋੜੀ ਜਿਹੜਾ ਹੈ ਘੁਟਾਲੇ ਦੇ ਮਾਮਲੇ ਦੇ ਵਿੱਚ ਉੱਥੋਂ ਦੀ ਜੇਲ੍ਹ ਦੇ ਵਿੱਚ ਬੰਦ ਹੈ, ਹਾਂਗਕਾਂਗ ਦੀ ਜੇਲ੍ਹ ਦੇ ਵਿੱਚ। ਔਰ ਪੰਜਾਬ ਪੁਲਿਸ ਆਪਣੇ ਵੱਲੋਂ ਜਿਹੜਾ ਹੈ ਉਹ ਹਵਾਲਗੀ ਦਾ ਕੇਸ ਲੜ ਰਹੀ ਸੀ, ਐਕਸਟ੍ਰਾਡੀਸ਼ਨ ਦਾ ਕੇਸ ਲੜ ਰਹੀ ਸੀ, ਔਰ ਕਰੀਬ 5 ਸਾਲਾਂ ਦੇ ਬਾਅਦ ਪੁਲਿਸ ਉੱਥੇ ਆਪਣੇ ਜਿਹੜੇ ਸਫੀਸ਼ੈਂਟ ਪਰੂਫ ਨੇ ਉਹ ਦਿੱਤੇ ਨੇ, ਔਰ ਸੰਭਵ ਹੋ ਪਾਈ ਹੈ ਹਵਾਲਗੀ। ਸੋ ਉਸ ਤੋਂ ਬਾਅਦ ਟੀਮ ਨੂੰ ਲੈ ਕੇ ਪਹੁੰਚੀ ਹੈ। ਇੱਕ ਹੋਰ ਵੀਡੀਓ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਇਹ ਦੂਸਰਾ ਵੀਡੀਓ ਹੈ ਜਦੋਂ ਜਹਾਜ਼ 'ਚੋਂ ਏਅਰ ਇੰਡੀਆ ਦੀ ਫਲਾਈਟ ਤੋਂ ਉੱਤਰ ਕੇ ਜਿਹੜੇ ਅਫਸਰ ਨੇ ਉਹ ਰੋਮੀ ਨੂੰ ਲੈ ਕੇ ਆ ਰਹੇ ਸੀ। ਇਹ ਉਸ ਮੌਕੇ ਦੀ ਵੀਡੀਓ ਹੈ, ਰੋਮੀ ਨੇ ਫੇਸ ਮਾਸਕ ਲਗਾਇਆ ਹੋਇਆ, ਵਿਚਕਾਰ ਹੈ, ਇੱਕ ਲੋਈ ਲਈ ਹੋਈ ਹੈ, ਔਰ ਨਾਲ ਜਿਹੜੇ ਪੁਲਿਸ ਦੇ ਅਧਿਕਾਰੀ ਨੇ, ਪੁਲਿਸ ਦੇ ਅਫਸਰ ਨੇ, ਉਹ ਨਜ਼ਰ ਆ ਰਹੇ ਨੇ।
ਏਅਰ ਇੰਡੀਆ ਦੀ ਫਲਾਈਟ ਤੋਂ ਹਾਂਗਕਾਂਗ ਤੋਂ ਲਿਆਂਦਾ ਗਿਆ ਰੋਮੀ ਨੂੰ ਉੱਥੋਂ ਐਕਸਟ੍ਰਾਡਾਈਟ ਕਰਕੇ। ਉੱਥੋਂ ਦੀਆਂ ਇਹ ਤਸਵੀਰਾਂ ਨੇ। ਇਸ ਵੇਲੇ ਏਅਰਪੋਰਟ ਦੇ ਵਿੱਚ ਟੀਮ ਮੌਜੂਦ ਹੈ, AGTF ਦੀ, ਪੰਜਾਬ ਪੁਲਿਸ ਦੀ। ਔਰ ਥੋੜ੍ਹੀ ਦੇਰ ਦੇ ਵਿੱਚ, ਕਿਉਂਕਿ ਬਾਹਰ ਅਸੀਂ ਕੌਨਵਾਏ ਦੀਆਂ ਤਸਵੀਰਾਂ ਪਹਿਲਾਂ ਦਿਖਾਈਆਂ ਸੀ, ਪੁਲਿਸ ਦਾ ਕੌਨਵਾਏ ਬਾਹਰ ਖੜ੍ਹਾ ਹੈ, ਸਾਡੇ ਰਿਪੋਰਟਰ ਉੱਥੇ ਲਗਾਤਾਰ ਪਲ ਪਲ ਦੀ ਤਸਵੀਰ ਦਿਖਾ ਰਹੇ ਨੇ। ਥੋੜ੍ਹੀ ਦੇਰ ਦੇ ਵਿੱਚ ਉੱਥੋਂ ਇਹ ਟੀਮਾਂ ਜਿਹੜੀਆਂ ਨੇ ਇਹ ਬਾਹਰ ਆਉਣਗੀਆਂ ਔਰ ਫਿਰ ਰੋਮੀ ਨੂੰ ਪੰਜਾਬ ਲੈ ਕੇ ਆਉਂਦਾ ਜਾਏਗਾ। ਪੰਜਾਬ ਲਿਆ ਕੇ ਫਿਰ ਅੱਗੇ ਜੋ ਪ੍ਰੋਸੈਸ ਹੈ ਉਸਨੂੰ ਪੰਜਾਬ ਪੁਲਿਸ ਫੋਲੋ ਕਰੇਗੀ ਔਰ ਕੋਰਟ ਦੇ ਅੰਦਰ ਜੋ ਪ੍ਰੋਸੈਸ ਰਹੇਗੀ ਉਹ ਉਸਨੂੰ ਉਸੇ ਤਰੀਕੇ ਨਾਲ ਫੋਲੋ ਕੀਤਾ ਜਾਏਗਾ। ਔਰ ਪੰਜਾਬ ਪੁਲਿਸ ਦੇ ਅਧਿਕਾਰੀ ਹੀ ਦੱਸਣਗੇ ਕਿ ਕਿੰਨਾ ਹਾਲਾਤਾਂ ਦੇ ਵਿੱਚ ਜਿਹੜੀ ਹਵਾਲਗੀ ਇਹ ਸੰਭਵ ਹੋ ਪਾਈ, ਕਿਸ ਤਰੀਕੇ ਨਾਲ ਇਸ ਕੇਸ ਨੂੰ ਪੰਜਾਬ ਪੁਲਿਸ ਨੇ ਫੋਲੋ ਕੀਤਾ, ਕਿਵੇਂ ਉਹ ਲਗਾਤਾਰ ਇਸ ਕੋਸ਼ਿਸ਼ ਦੇ ਵਿੱਚ ਲੱਗੇ ਰਹੇ ਕਿ ਜਿਹੜਾ 2016 ਦਾ ਜੇਲ੍ਹ ਬ੍ਰੇਕ ਕਾਂਡ ਸੀ, ਨਾਭਾ ਜੇਲ੍ਹ ਬ੍ਰੇਕ ਕਾਂਡ, ਉਸਨੂੰ ਅੰਜਾਮ ਰੋਮੀ ਨੇ ਦਿੱਤਾ ਸੀ। ਰੋਮੀ ਮਾਸਟਰ ਮਾਈਂਡ ਸੀ, ਸਾਰੀ ਲੌਜਿਸਟਿਕ ਸਪੋਰਟ ਰੋਮੀ ਵੱਲੋਂ ਦਿੱਤੀ ਗਈ ਸੀ, ਪੈਸਾ, ਹਥਿਆਰ ਸਭ ਕੁਝ ਰੋਮੀ ਨੇ ਮੁਹੱਈਆ ਕਰਵਾਇਆ ਸੀ ਔਰ ਹਾਂਗਕਾਂਗ ਦੇ ਵਿੱਚ ਇਹ ਬੈਠਾ ਸੀ। ਔਰ ਪੁਲਿਸ ਨੇ ਪਹਿਲਾਂ ਜਿਹੜੇ ਬਾਕੀ ਮੁਜਰਮ ਸੀ, ਜਿਹੜੇ ਜੇਲ੍ਹ ਤੋੜ ਕੇ ਭੱਜੇ ਸੀ, ਉਹਨਾਂ ਨੂੰ ਵੀ ਫੜਿਆ, ਹਿਰਾਸਤ ਦੇ ਵਿੱਚ ਲਿਆ। ਇੱਕ ਅੱਜ ਤੱਕ ਵੀ ਹਲੇ ਫਰਾਰ ਹੈ। 4 ਗੈਂਗਸਟਰ ਸੀ, 2 ਟੈਰਰਿਸਟ ਸੀ, ਜਿਹਨਾਂ 'ਚੋਂ 2 ਦੀ ਮੌਤ ਵੀ ਹੋ ਚੁੱਕੀ ਹੈ। ਵਿੱਕੀ ਗੌਂਡਰ ਦਾ ਐਨਕਾਊਂਟਰ ਹੋਇਆ ਔਰ ਜਿਸ ਵੇਲੇ ਐਨਕਾਊਂਟਰ ਹੋਇਆ ਸੀ ਉਸ ਟੀਮ ਨੂੰ ਵੀ ਲੀਡ ਵਿਕਰਮ ਬਰਾੜ ਕਰ ਰਹੇ ਸੀ, DSP, ਜੋ ਅੱਜ ਰੋਮੀ ਨੂੰ ਲੈ ਕੇ ਆਏ ਨੇ। ਸੋ ਉਸ ਤੋਂ ਬਾਅਦ ਜਿਹੜਾ ਹੈ ਇਹ ਕੇਸ ਲਗਾਤਾਰ ਪੁਲਿਸ ਫੋਲੋ ਕਰਦੀ ਰਹੀ ਹੈ। ਇਸ ਕੇਸ ਦੇ ਵਿੱਚ ਕਈ ਜਿਹੜੇ ਵਿਅਕਤੀ ਨੇ ਉਹ ਜ਼ਮਾਨਤਾਂ 'ਤੇ ਵੀ ਚੱਲ ਰਹੇ ਨੇ। ਉਸ ਵੇਲੇ ਨਾਭਾ ਥਾਣੇ ਦੇ ਵਿੱਚ 30 ਵਿਅਕਤੀਆਂ ਦੇ ਖਿਲਾਫ ਕੇਸ ਦਰਜ ਹੋਇਆ ਸੀ, ਜਿਹਦੇ 'ਚ ਕੁਛ ਅਧਿਕਾਰੀ ਵੀ ਸਨ, ਕਿਉਂਕਿ ਇਹ ਜੇਲ੍ਹ ਬ੍ਰੇਕ ਉਸ ਵੇਲੇ ਇੱਕ ਬਹੁਤ ਵੱਡਾ ਘਟਨਾਕ੍ਰਮ ਸੀ ਪੰਜਾਬ ਦਾ। ਪੁਲਿਸ ਦੀ ਵਰਦੀ ਦੇ ਵਿੱਚ ਕੁਛ ਵਿਅਕਤੀ ਆਏ ਸੀ ਔਰ ਉਹ ਵਿਅਕਤੀਆਂ ਨੇ ਸਾਰਾ ਜਿਹੜਾ ਹੈ ਪਹਿਲਾਂ ਪਲੈਨ ਕੀਤਾ ਹੋਇਆ ਸੀ ਔਰ ਇਹ ਪੂਰੀ ਪਲੈਨਿੰਗ ਇਹ ਜੇਲ੍ਹ ਦੇ ਵਿੱਚ ਬੈਠੇ ਫਰਾਰ ਹੋਣ ਵਾਲੇ ਮੁਜਰਮਾਂ ਨੂੰ ਵੀ ਪਤਾ ਸੀ ਔਰ ਉਹ ਉੱਥੇ ਹੀ ਬੈਰਕ ਦੇ ਨੇੜੇ ਖੜ੍ਹੇ ਸੀ ਜਿੱਥੇ ਆ ਕੇ ਉਹਨਾਂ ਨੇ ਅਟੈਕ ਕੀਤਾ ਔਰ ਜਿਹੜੇ ਸੁਰੱਖਿਆ ਕਰਮੀ ਸੀ ਉਹਨਾਂ 'ਤੇ ਅਟੈਕ ਕਰਕੇ ਉੱਥੋਂ 6 ਜਿਹੜੇ ਮੁਜਰਮ ਸੀ ਉਹਨਾਂ ਨੂੰ ਫਰਾਰ ਕਰਵਾ ਕੇ ਲੈ ਗਏ। ਹੌਲੀ ਹੌਲੀ ਪੁਲਿਸ ਉਹਨਾਂ ਦੀ ਪੈੜ ਨੱਪਦੀ ਰਹੀ ਔਰ ਇੱਕ ਇੱਕ ਕਰਕੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ। ਇੱਕ ਹਲੇ ਵੀ ਫਰਾਰ ਹੈ। ਸੋ ਰੋਮੀ ਇਸ ਸਾਰੇ ਦਾ ਮਾਸਟਰ ਮਾਈਂਡ ਸੀ। ਗੁਰਪ੍ਰੀਤ ਸੇਖੋਂ ਜਿਹੜਾ ਗੈਂਗਸਟਰ ਉੱਥੋਂ ਫਰਾਰ ਹੋਇਆ ਸੀ, ਰੋਮੀ ਉਸਦਾ ਕਰੀਬੀ ਦੱਸਿਆ ਗਿਆ ਔਰ ਰੋਮੀ 'ਤੇ ਇੱਥੇ ਪਹਿਲਾਂ ਵੀ ਕਈ ਮਾਮਲੇ ਜਿਹੜੇ ਕਤਲ ਜਾਂ ਫਰੋਤ ਦੇ ਉਹ ਦਰਜ ਨੇ। ਸੋ ਉਸ ਤੋਂ ਬਾਅਦ ਰੋਮੀ ਹਾਂਗਕਾਂਗ ਦੇ ਵਿੱਚ ਅਰੈਸਟ ਹੁੰਦਾ 2018 ਦੇ ਵਿੱਚ ਔਰ ਕਰੀਬ 5 ਸਾਲ ਰੋਮੀ ਹਾਂਗਕਾਂਗ ਦੀ ਜੇਲ੍ਹ ਦੇ ਵਿੱਚ ਰਿਹਾ। ਸੋ ਉਸ ਤੋਂ ਬਾਅਦ ਉਸਦੇ ਪੈਰਲਲ ਪੰਜਾਬ ਪੁਲਿਸ ਆਪਣਾ ਕੇਸ ਜਿਹੜਾ ਹੈ ਇਸ ਨੂੰ ਫੋਲੋ ਕਰਦੀ ਰਹੀ ਰੋਮੀ ਦੀ ਹਵਾਲਗੀ ਦੇ ਲਈ, ਕਿਉਂਕਿ ਕਿਸੇ ਵੀ ਦੇਸ਼ ਦਾ ਕੋਈ ਸਿਟੀਜ਼ਨ ਹੈ ਤਾਂ ਤੁਹਾਨੂੰ ਇਹ ਪ੍ਰੂਵ ਕਰਨਾ ਪੈਂਦਾ ਸਫੀਸ਼ੈਂਟ ਡਾਕੂਮੈਂਟਸ ਦੇ ਨਾਲ ਕਿ ਇਹ ਤੁਹਾਡੇ ਦੇਸ਼ ਦੇ ਵਿੱਚ ਕ੍ਰਾਈਮ ਕਰਕੇ ਗਿਆ ਜਾਂ ਇਸਨੇ ਉੱਧਰ ਬੈਠੇ ਹੋਏ ਤੁਹਾਡੇ ਦੇਸ਼ ਦੇ ਵਿੱਚ ਕੋਈ ਕ੍ਰਾਈਮ ਕਰਵਾਇਆ। ਤਾਂ ਉਹ ਪ੍ਰੂਵ ਕਰਨ ਦੇ ਵਿੱਚ ਪੰਜਾਬ ਪੁਲਿਸ ਕਾਮਯਾਬ ਹੋਈ। ਤਾਂ ਅੱਜ ਇਹ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਪੁਲਿਸ ਦੀ ਇੱਕ ਵਾਕਈ ਵੱਡੀ ਕਾਮਯਾਬੀ ਹੈ, ਇੱਕ ਵੱਡੀ ਅਚੀਵਮੈਂਟ ਹੈ ਕਿ ਉਸ ਸ਼ਖਸ ਨੂੰ 5 ਸਾਲ ਬਾਅਦ ਆਪਣੇ ਦੇਸ਼ ਵਾਪਸ ਲੈ ਕੇ ਆਉਣਾ। ਔਰ ਇਹ ਇੱਕ ਸੁਨੇਹਾ ਵੀ ਹੁੰਦਾ ਉਹਨਾਂ ਗੈਂਗਸਟਰਾਂ ਜਾਂ ਉਹਨਾਂ ਅਪਰਾਧੀ ਪ੍ਰਵਿਰਤੀ ਦੇ ਲੋਕਾਂ ਦੇ ਲਈ ਜੋ ਬਾਹਰਲੇ ਦੇਸ਼ਾਂ 'ਚ ਬੈਠ ਕੇ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਐਸੀਆਂ ਗਤੀਵਿਧੀਆਂ ਨੂੰ ਅੰਜਾਮ ਦਿਵਾਉਂਦੇ ਨੇ ਇਹ ਸੋਚਦੇ ਹੋਏ ਕਿ ਉਹ ਬੈਠੇ ਨੇ ਅਤੇ ਉਹਨਾਂ 'ਤੇ ਕੋਈ ਆਂਚ ਨਹੀਂ ਆ ਸਕਦੀ। ਪਰ ਇਹ ਕੇਸ ਦੱਸਦਾ ਹੈ ਕਿ ਕਾਨੂੰਨ ਦੇ ਹੱਥ ਕਿੰਨੇ ਲੰਬੇ ਹੁੰਦੇ ਨੇ ਔਰ ਕੋਈ ਵਿਅਕਤੀ ਚਾਹੇ ਕਿਸੇ ਦੇਸ਼ ਦੀ ਸਿਟੀਜ਼ਨਸ਼ਿਪ ਲੈ ਕੇ ਬੈਠਾ ਹੈ ਉਸਨੂੰ ਲਿਆਉਣਾ ਕੋਈ ਵੱਡੀ ਗੱਲ ਨਹੀਂ ਹੈ, ਬਸ਼ਰਤੇ ਕਿ ਸਰਕਾਰ ਸਬੂਤਾਂ ਦੇ ਨਾਲ ਉੱਥੋਂ ਦੀਆਂ ਅਦਾਲਤਾਂ ਦੇ ਵਿੱਚ ਇਹ ਪ੍ਰੂਵ ਕਰ ਦਿੱਤਾ ਜਾਵੇ
ਕਿ ਇਹ ਸਾਡੇ ਦੇਸ਼ ਦੇ ਮੁਜਰਮ ਨੇ। ਸੋ ਰੋਮੀ ਦੀ ਹਵਾਲਗੀ ਇਸੇ ਦੇ ਤਹਿਤ ਹੋਈ ਹੈ। 5 ਸਾਲ ਪੁਲਿਸ ਨੇ ਕੇਸ ਲੜਿਆ ਔਰ 5 ਸਾਲਾਂ ਬਾਅਦ ਅੱਜ ਇਹ ਹਵਾਲਗੀ ਸੰਭਵ ਹੋ ਪਾਈ ਹੈ। ਸੋ ਇਹ ਰਮਨਜੀਤ ਸਿੰਘ ਰੋਮੀ ਦੀਆਂ ਤਸਵੀਰਾਂ ਨੇ ਜਿਸ ਵੇਲੇ ਉਸਨੂੰ ਏਅਰਪੋਰਟ 'ਤੇ ਜਦੋਂ ਪਹੁੰਚੀ ਸੀ ਟੀਮ ਲੈ ਕੇ ਜਹਾਜ਼ 'ਚੋਂ ਉੱਤਰਦਿਆਂ ਦੀਆਂ ਔਰ ਅੱਗੇ ਰਨਵੇ 'ਤੇ ਜਦੋਂ ਉਹ ਏਅਰਪੋਰਟ ਦੇ ਅੰਦਰ ਜਾ ਰਹੀ ਸੀ।